ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਉਸ ਚਹੀਤੇ ਤੇ ਹਰਮਨ ਪਿਆਰੇ ਕਲਾਕਾਰ ਦੀ ਗੱਲ ਕਰਨ ਲੱਗੇ ਹਾਂ ਜਿਸ ਨੇ ਪੰਜਾਬੀਆਂ ਦੀ ਝੋਲੀ ਵਿੱਚ ਬਹੁਤ ਹੀ ਮਿੱਠੇ ਤੇ ਸਰੀਲੇ ਗਾਣੇ ਪਾਏ। ਹਾਂ, ਜਿਸ ਦਾ ਪਹਿਲਾ ਜਿਹੜਾ ਸੁਪਰ ਡੁਪਰ ਹਿੱਟ ਗਾਣਾ ਹੋਇਆ ਸੀ ਉਹ ਸੀ ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ, ਕਿੰਜ ਲੱਗਦਾ ਹੈ ਮੇਰੇ ਬਿਨਾਂ ਰਹਿਣਾ ਉਸਨੂੰ, ਜੇ ਮਿਲੇ ਉਹ ਕੁੜੀ, ਮਿਲੇ ਉਹ ਕੁੜੀ ਤਾਂ ਕਹਿਣਾ ਉਸਨੂੰ ਤੂੰ ਜੁਦਾ ਹੋਇਆ ਪਰ ਤੇਰੀ ਯਾਦ ਜੁਦਾ ਨਾ ਹੋਈ। ਜਿਸ ਨੇ ਬਾਈ ਨੇ ਬਹੁਤ ਸਾਰੇ ਰੋਮੈਂਟਿਕ ਸੈਡ ਸੌਂਗ ਤੇ ਭੰਗੜੇ ਵਾਲੇ ਗਾਣੇ ਵੀ ਦਰਸ਼ਕਾਂ ਦੀ ਝੋਲੀ ਵਿੱਚ ਪਾਏ। ਹਾਂ, ਮੇਰੀ ਮੁਰਾਦ ਹੈ ਤੁਹਾਡਾ ਸਭ ਦਾ ਹਰਮਨ ਪਿਆਰਾ ਤੇ ਚਹੀਤਾ ਕਲਾਕਾਰ ਅਮਰਿੰਦਰ ਗਿੱਲ। ਸੋ ਦੋਸਤੋ, ਅੱਜ ਆਪਾਂ ਅਮਰਿੰਦਰ ਗਿੱਲ ਦੇ ਜੀਵਨ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੇ ਜੀਵਨ ਤੇ ਝਾਤ ਮਾਰਾਂਗੇ, ਉਹਨਾਂ ਦਾ ਮਿਊਜ਼ਿਕ ਕਰੀਅਰ, ਫਿਲਮੀ ਕਰੀਅਰ, ਬਾਕੀ ਉਹਨਾਂ ਦੀਆਂ ਫਿਲਮਾਂ ਬਾਰੇ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਰਿਕੁਐਸਟ ਕਰੂੰਗਾ, ਜੇਕਰ ਤੁਸੀਂ ਮੇਰਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਕਲਿੱਕ ਕਰਕੇ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਹੋਰ ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਵੀਡੀਓ ਲਈ ਮੈਨੂੰ ਕਾਫੀ ਦਿਨਾਂ ਤੋਂ ਫੇਸਬੁੱਕ, ਟਵਿੱਟਰ, ਯੂਟਿਊਬ 'ਤੇ ਮੈਸੇਜ, ਕਮੈਂਟ ਆ ਰਹੇ ਸੀ। ਖਾਸ ਤੌਰ 'ਤੇ ਮੇਰੇ ਦੋਸਤਾਂ ਨੇ ਯੂਟਿਊਬ 'ਤੇ ਕਮੈਂਟ ਕਰਕੇ ਮੈਨੂੰ ਕਿਹਾ ਸੀ, ਉਹਨਾਂ ਦੇ ਨਾਮ ਮੈਂ ਇੱਥੇ ਜ਼ਰੂਰ ਲੈ ਦੇਣਾ, ਅਮਨ ਹੰਸ, AK ਜੈਲਦਾਰ ਅਤੇ ਅਰਸ਼ ਔਲਕ। ਇਹ ਬਾਈ ਨੇ ਕਮੈਂਟ ਕੀਤਾ ਸੀ ਕਿ ਅਮਰਿੰਦਰ ਗਿੱਲ ਦੀ ਵੀਡੀਓ ਜ਼ਰੂਰ ਬਣਾਓ। ਸੋ ਬਾਈ ਹੋਰਾਂ ਦਾ ਅੱਜ ਲਾਂਭਾ ਲਾਤਾ, ਮੈਨੂੰ ਉਮੀਦ ਹੈ ਖੁਸ਼ ਹੋਣਗੇ। ਸੋ ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਅਮਰਿੰਦਰ ਗਿੱਲ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੋਸਤਾਂ ਇਹ ਗੱਲ ਜ਼ਰੂਰ ਦੱਸ ਦਿਆਂ ਕਿ ਅਮਰਿੰਦਰ ਗਿੱਲ ਬਾਈ ਮੀਡੀਆ ਤੋਂ ਜ਼ਿਆਦਾ ਦੂਰ ਰਹਿੰਦਾ ਅਤੇ ਉਹ ਆਪਣੇ ਬਾਰੇ ਕੋਈ ਜ਼ਿਆਦਾ ਪਰਸਨਲ ਲਾਈਫ ਬਾਰੇ ਕੋਈ ਇਨਫੋਰਮੇਸ਼ਨ ਜ਼ਿਆਦਾ ਸ਼ੇਅਰ ਨਹੀਂ ਕਰਦੇ। ਸੋ ਜਿੰਨਾ ਵੀ ਹੋ ਸਕਿਆ ਮੈਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਇਨਫੋਰਮੇਸ਼ਨ ਇਕੱਠੀ ਕੀਤੀ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਾਈ ਅਮਰਿੰਦਰ ਗਿੱਲ ਦਾ ਜਨਮ 11 ਮਈ 1976 ਨੂੰ ਹੋਇਆ ਅਤੇ ਉਹਨਾਂ ਦੀ ਇਸ ਟਾਈਮ ਜੇ ਆਪਾਂ 2016 ਦੇ ਹਿਸਾਬ ਨਾਲ ਗੱਲ ਕਰੀਏ ਤਾਂ 40 ਸਾਲ ਦੀ ਉਮਰ ਹੋ ਚੁੱਕੀ ਆ। ਬਾਈ ਦਾ ਜਿਹੜਾ ਜਨਮ ਹੋਇਆ ਉਹ ਬੂੜ ਚੰਦ ਅੰਮ੍ਰਿਤਸਰ ਵਿਖੇ ਹੋਇਆ, ਉਹਨਾਂ ਦੀ ਵਾਈਫ ਦਾ ਨਾਂ ਸੁਨੀਤ ਗਿੱਲ ਆ। ਸੋ ਦੋਸਤੋ, ਇਸ ਤੋਂ ਬਿਨਾਂ ਉਹਨਾਂ ਦੀ ਜੇ ਆਪਾਂ ਅਰਲੀ ਲਾਈਫ ਬਾਰੇ ਤੁਹਾਨੂੰ ਜਾਣਕਾਰੀ ਦੇਈਏ ਤਾਂ ਅਰਲੀ ਲਾਈਫ ਵਿੱਚ ਉਹਨਾਂ ਨੇ ਆਪਾਂ ਪਹਿਲਾਂ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਕਰ ਲੈਂਦੇ ਹਾਂ। ਬਾਈ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਅਤੇ ਫਿਰ ਆਪਣੀ ਮਾਸਟਰ ਡਿਗਰੀ ਉਹਨਾਂ ਨੇ ਐਗਰੀਕਲਚਰ ਸਾਇੰਸ ਵਿੱਚ ਲਈ। ਇਸ ਤੋਂ ਬਿਨਾਂ ਦੋਸਤੋ, ਉਹ ਭੰਗੜੇ ਦੇ ਕਾਫੀ ਸ਼ੌਕੀਨ ਸੀ। ਉਹਨਾਂ ਦੀ ਜਿੱਥੋਂ ਤੱਕ ਵੀ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਭੰਗੜਾ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਭੰਗੜਾ ਬਹੁਤ ਜ਼ਿਆਦਾ ਆਮ ਹੀ ਜੋ ਸਿੰਗਰ ਉੱਥੇ ਆਉਂਦੇ ਸੀ ਉਹਨਾਂ ਨਾਲ ਭੰਗੜਾ ਪਾਉਂਦੇ ਰਹਿੰਦੇ ਸੀ ਸਪੋਰਟਿੰਗ ਦੇ ਵਿੱਚ ਅਤੇ ਬਾਈ ਚੀਮਾ ਜਿਹੜਾ ਸਰਬਜੀਤ ਚੀਮਾ ਜੀ ਉਹਨਾਂ ਨਾਲ ਵੀ ਉਹਨਾਂ ਨੇ ਭੰਗੜੇ ਦੀਆਂ ਕਾਫੀ ਪਰਫੋਰਮੈਂਸ ਦਿੱਤੀਆਂ। ਇਸ ਤੋਂ ਬਿਨਾਂ ਉਹਨਾਂ ਨੇ ਦੋਸਤੋ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਸੈਂਟਰਲ ਕੋਆਪਰੇਟਿਵ ਬੈਂਕ ਵਿੱਚ ਫਿਰੋਜ਼ਪੁਰ ਵਿਖੇ ਜੌਬ ਵੀ ਕੀਤੀ ਅਤੇ ਪਰ ਜੇ ਕਹਿੰਦੇ ਨੇ ਵੀ ਜਿਸ ਚੀਜ਼ ਦਾ ਆਪਾਂ ਨੂੰ ਸ਼ੌਂਕ ਹੁੰਦਾ ਆਪਾਂ ਉਹੀ ਕੰਮ ਕਰ ਸਕਦੇ ਹਾਂ। ਬਾਈ ਨੂੰ ਸਿੰਗਿੰਗ ਦਾ ਬਚਪਨ ਤੋਂ ਹੀ ਸ਼ੌਂਕ ਸੀ ਅਤੇ ਉਹਨਾਂ ਨੇ ਆਪਣਾ ਸਿੰਗਿੰਗ ਵਿੱਚ ਹੀ ਕਰੀਅਰ ਬਣਾਉਣ ਲਈ ਫਿਰ ਜੌਬ ਛੱਡ ਕੇ ਅਤੇ ਸਿੰਗਿੰਗ ਵਿੱਚ ਆਪਣੀ 2000 ਵਿੱਚ ਪਹਿਲੀ ਐਲਬਮ ਲੈ ਕੇ ਆਉਂਦੀ, ਐਲਬਮ ਦਾ ਨਾਂ ਸੀ ਆਪਣੀ ਜਾਨਕੀ। ਅਤੇ ਬਾਈ ਦਾ ਜਿਹੜਾ ਪਹਿਲਾ ਗਾਣਾ ਰਿਕਾਰਡ ਹੋਇਆ ਸੀ ਉਹ ਐਸੇ ਜਲੰਧਰ ਦੂਰਦਰਸ਼ਨ ਲਈ ਕਾਲਾ ਡੋਰੀਆ ਪ੍ਰੋਗਰਾਮ ਆਉਂਦਾ ਸੀ। ਜਿਹੜੇ ਮੇਰੇ ਪੁਰਾਣੇ ਸੱਜਣ ਮਿੱਤਰ ਆ ਉਹ ਤਾਂ ਜਾਣਦੇ ਹੋਣਗੇ ਕਾਲਾ ਡੋਰੀਆ ਪ੍ਰੋਗਰਾਮ ਬਾਰੇ, ਜੋ ਆਪਣਾ ਜਲੰਧਰ ਦੂਰਦਰਸ਼ਨ 'ਤੇ ਆਉਂਦਾ ਸੀ। ਅਤੇ ਉਹਨਾਂ ਦਾ ਜਿਹੜਾ ਫਸਟ ਜਿਹੜਾ ਸੌਂਗ ਆ ਜਿਹ ਤੋਂ ਬਾਈ ਨੂੰ ਪਛਾਣ ਮਿਲੀ ਉਹ ਸੀ ਪੈਗਾਮ, ਜਿਵੇਂ ਆਪਾਂ ਗੱਲ ਕੀਤੀ ਸੀ ਗਾਣੇ ਦਾ ਨਾਂ ਸੀ ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ। ਬਹੁਤ ਹੀ ਪਿਆਰਾ ਗਾਣਾ ਸੀ, ਦਰਸ਼ਕਾਂ ਨੂੰ ਇਸ ਗਾਣੇ ਨੇ ਬਹੁਤ ਜ਼ਿਆਦਾ ਪਿਆਰ ਨਾਲ ਭਰਤਾ ਸੀ, ਇੰਨਾ ਜ਼ਿਆਦਾ ਸਵੀਟ ਜਿਹਾ ਗਾਣਾ ਸੀ ਅਤੇ ਬਾਈ ਦੀ ਲੁੱਕ ਵੀ ਕੂਲ ਆ ਅਤੇ ਖੁਦ ਆ ਵੀ ਬੜੇ ਸਵੀਟ ਆ। ਦੋਸਤੋ, ਹੁਣ ਆਪਾਂ ਉਹਨਾਂ ਦੇ ਇੱਕ ਮਿਊਜ਼ਿਕ ਕਰੀਅਰ 'ਤੇ ਜੀ ਝਾਤ ਮਾਰ ਲੈਂਦੇ ਹਾਂ ਕਿ ਉਹਨਾਂ ਦੇ ਕਿਹੜੇ ਕਿਹੜੇ ਗਾਣੇ ਹਿੱਟ ਰਹੇ। ਉਹਨਾਂ ਦਾ ਜਿਹੜਾ ਜਿਵੇਂ ਪੈਗਾਮ ਤੋਂ ਬਾਅਦ ਦਾਰੂ, ਮਧਾਣੀਆਂ ਸੌਂਗ, ਫਿਰ ਖੇਡਣ ਦੇ ਦਿਲ ਚਾਰ, ਮੇਲ ਕਰਾ ਦੇ ਰੱਬਾ, ਦਿਲਦਾਰੀਆਂ, ਟੌਹਰ ਮਿੱਤਰਾਂ ਦੀ, ਸਰਗੀ, ਬਾਪੂ, ਸ਼ਾਨ ਵੱਖਰੀ, ਇਹ ਗਾਣੇ ਜਿਹੜੇ ਮੇਨ ਗਾਣੇ ਮੈਂ ਤੁਹਾਨੂੰ ਦੱਸੇ ਆ ਜਿਹੜੇ ਕਾਫੀ ਜ਼ਿਆਦਾ ਉਹਨਾਂ ਦੇ ਸੁਪਰ ਹਿੱਟ ਰਹੇ। ਇਸ ਤੋਂ ਬਿਨਾਂ ਵੀ ਬਾਈ ਦੇ ਬਹੁਤ ਸਾਰੇ ਗਾਣੇ ਸੁਪਰ ਹਿੱਟ ਹੋਏ, ਜੇ ਆਪਾਂ ਲਿਸਟ ਕਰਾਉਣ ਲੱਗ ਜਾਈਏ ਤਾਂ ਬਹੁਤ ਟਾਈਮ ਲੱਗ ਜੂ। ਫਿਰ ਦੋਸਤੋ, ਉਹਨਾਂ ਦੀਆਂ ਜਿਹੜੀਆਂ ਬੈਸਟ ਐਲਬਮ ਆ, ਜੁਦਾ 2012 ਵਿੱਚ ਬੈਸਟ ਐਲਬਮ ਲਈ ਨੋਮੀਨੇਟਡ ਹੋਈ ਸੀਗੀ ਅਤੇ ਕਾਫੀ ਵਧੀਆ ਇਹਨਾਂ ਦੀ ਇਹ ਜਿਹੜੀ ਸੀ ਐਲਬਮ ਸੀਗੀ। ਫਿਰ ਉਹਨਾਂ ਨੂੰ ਬ੍ਰਿਟ ਏਸ਼ੀਆ ਮਿਊਜ਼ਿਕ ਅਵਾਰਡ ਵੀ ਮਿਲਿਆ ਸੀ ਬੈਸਟ ਐਲਬਮ ਲਈ। ਫਿਰ ਬਾਈ ਦੀ 2014 ਜੁਦਾ 2 ਆਈ, ਬਹੁਤ ਜ਼ਿਆਦਾ ਸਕਸੈਸਫੁੱਲ ਹੋਈ ਸੀ ਇਹ ਵੀ ਫਸਟ ਐਲਬਮ ਤਰ੍ਹਾਂ। ਫਿਰ ਦੂਰੀਆਂ, ਇਸ਼ਕ, ਚੰਨ ਦਾ ਟੁਕੜਾ, ਹੁਣ ਇੱਕ ਜੋ ਨਿਊਜ਼ ਆ ਰਹੀ ਕਿ 2017 ਵਿੱਚ ਬਾਈ ਦੀ ਫਿਰ ਜੁਦਾ 3 ਆ ਰਹੀ ਆ, ਆਪਾਂ ਉਹਦੀ ਵੀ ਵੇਟ ਕਰਾਂਗੇ। ਹੁਣ ਦੋਸਤੋ, ਆਪਾਂ ਉਹਨਾਂ ਦੇ ਮੂਵੀਜ਼ ਬਾਰੇ ਗੱਲ ਕਰਦੇ ਹਾਂ ਕਿ ਬਾਈ ਨੇ ਕਿਹੜੀਆਂ ਕਿਹੜੀਆਂ ਮੂਵੀਜ਼ ਲੈ ਕੇ ਆਉਂਦੀਆਂ। ਵੈਸੇ ਤਾਂ ਬਾਈ ਦੀਆਂ ਕਾਫੀ ਸਾਰੀਆਂ ਮੂਵੀਜ਼ ਆ ਗਈਆਂ, ਪਰ ਜੇ ਆਪਾਂ ਉਹਨਾਂ ਦੀਆਂ ਸੁਪਰ ਡੁਪਰ ਹਿੱਟ ਬਲੋਕਬਸਟਰ ਮੂਵੀਜ਼ ਦੀ ਗੱਲ ਕਰੀਏ ਤਾਂ ਬਾਈ ਨੇ 2014 ਵਿੱਚ ਗੋਰਿਆਂ ਨੂੰ ਦਫਾ ਕਰੋ, ਬਹੁਤ ਜ਼ਿਆਦਾ ਫਿਲਮ ਜਿਹੜੀ ਹੈ ਚੱਲੀ ਸੀ, ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਫਿਰ 2015 ਵਿੱਚ ਅੰਗਰੇਜ਼,
ब्लॉकबस्टर मूवी रही सी, जिसने जो अपना PTC अवार्ड सी वह भी विन किया। इस विच बाई नूं बेस्ट एक्टर का अवार्ड मिलिया सी। फिर 2016 विच लव पंजाब, ते बाई दी हुण एक मूवी जो बहुत चर्चा च इन्नी दिनी प्रियंका चोपड़ा जी दी प्रोडक्शन विच बन रही है सरवण। सरवण मूवी जल्दी दर्शकों के लिए बाई जी लैके आने लगे आ। आपां नूं उम्मीद है कि मूवी बहुत वधिया होवेगी। आपां बाई जी नूं विशेस भी दिंदे आ कि वाहेगुरू करे उन्हां दीआं पहलां मूवीज़ दी तरह यह मूवी भी सुपर डुपर हिट होवे। इस तों बिना दोस्तों एक जो र्यूमर आ जां कुछ भी कह सकदे, हो सकदा मूवी आ रही है अंग्रेज़ 2 दी, भी र्यूमर आ रही है कि अंग्रेज़ 2 भी आऊगी, ते एक लाहौरी यह मूवी भी आउण दी आस आ। जे इस तो बिना दोस्तों आपां उन्हां दीआं होर मूवीज़ बारे गल करिए कि उन्हां दा जिहड़ा फिल्मी करियर कित्थों शुरू होया सी, तां मन जिहड़े पंजाबी दे डायरैक्टर आ मनमोहन सिंह जी, उह अपनी मूवी विच पहला रोल बाई नूं दित्ता सी। उन्हां ने सपोर्टिंग रोल सीगा मुंडे UK दे 2009 विच बनी सी, जिथों बाई ने अपना फिल्मी करियर शुरू किया सी। ते इस मूवी विच जिमी शेरगिल ते नीरू बाजवा जी सी। इस तो बिना कुड़ी पंजाब दी इत्थे बाई ने लीड रोल किया सी कुड़ी पंजाब दी च, ठीक वधिया रिस्पोंस सी दोस्तों दा, मित्रां दा, दर्शकों दा। फिर टौर मित्रां दी तू मेरा बाई मैं तेरा बाई हनी सिंह नाल आई सीगी। फिर साडी लव स्टोरी, डैडी कूल मुंडे फूल 2014 च, फिर आप जिदा गल कर ही लई है कि गोरियां नूं दफा करो। फिर बाई दी लगातार 3 जिहड़ियां सुपर डुपर हिट मूवीज आ चुकियां, ते नैक्सट हुण सरवण तों वी इही उम्मीद आ कि एक बिल्कुल डिफरेंट जी स्टोरी होगी आ रही है मूवी। हुण आपां उन्हां दे अवार्ड्स ते जे आपां झात मारीए जां गलबात करिए, तां बाई जी दा जिहड़ियां 3 मूवीज सीगियां टौर मित्रां दी, फिर डैडी कूल मुंडे फूल, ये जिहड़ियां मूवीज सीगियां इह जो PTC म्यूजिक अवार्ड आ फिल्मी अवार्ड आदे यह नॉमीनेटड होईयां सी, पर बाई जी नूं अंग्रेज़ मूवी लई ही बेस्ट एक्टर का अवार्ड मिलिया सी। सो दोस्तों यह जिनी भी इनफॉर्मेशन सी मैं तुहाडे नाल शेयर की है, कहना जदों भी आपां नूं ज़्यादा होर भी इनफॉर्मेशन मिलेगी तो आप जरूर तुहाडे नाल शेयर करांगे। इस वीडियो में दोस्तों इन्ना ही, मैनूं उम्मीद है तुहानूं मेरी यह वीडियो वधिया लगी होगी। जेकर वधिया लगी है तो बाई जो मेरी वीडियो दे नीचे रेड कलर दा सबसक्राइब दा बटन आ रहा उस ते अपना क्लिक करके मेरा चैनल जरूर सबसक्राइब कर लो, क्योंकि मैं इसे तरह दीआं वधिया वधिया वीडियो तुहाडे लई लैके आउंदा रहूंगा। इन्ने शब्दां नाल मैनूं दिओ इजाजत, मिलदे हां किसे वधिया वीडियो विच लैके तुहाडे लई, ते तुसीं खुश रहो, तंदरुस्त रहो, वाहिगुरू तुहाडे ते हमेशा ही मेहर रखे, चढ़दे कलां विच रहो। सत श्री अकाल जी।